ਹੁਸ਼ਿਆਰਪੁਰ ਦੇ ਪਿੰਡ ਟੋਲਣਵਾਲ ਨੇੜੇ ਜ਼ਬਰਦਸਤ ਹਾਦਸਾ ਵਾਪਰਨ ਕਰਕੇ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਮਰੂਤੀ ਕਾਰ ਅਤੇ ਟਿੱਪਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਇਸ ਹਾਦਸੇ 'ਚ ਮੌਕੇ 'ਤੇ 3 ਨੌਜਵਾਨਾਂ ਦੀ ਮੌਤ ਹੋਈ ਜਦਕਿ 1 ਨੌਜਵਾਨ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਚਾਰੋਂ ਨੌਜਵਾਨ ਪੁਰ ਹੀਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜੋ ਕਿ ਏਸੀ ਠੀਕ ਕਰਨ ਦਾ ਕੰਮ ਕਰਦੇ ਸਨ। ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਦੇ SHO ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਚਾਰੋਂ ਨੌਜਵਾਨ ਮਾਰੂਤੀ ਕਾਰ 'ਚ ਸਵਾਰ ਹੋ ਕੇ ਘਰੋਂ ਘੁੰਮਣ ਲਈ ਨਿਕਲੇ ਸਨ। ਮਾਰੇ ਗਏ ਚਾਰੋਂ ਨੌਜਵਾਨਾਂ ਦੀ ਉਮਰ 27-28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਦੋਂ ਉਕਤ ਨੌਜਵਾਨ ਸ਼ੇਰਗੜ੍ਹ ਬਾਈਪਾਸ ਨੇੜੇ ਹਾਈਵੇ 'ਤੇ ਪਹੁੰਚੇ ਤਾਂ ਸੜਕ 'ਤੇ ਜਾ ਰਹੇ ਟਿੱਪਰ, ਜਿਸ ਨੂੰ ਸੁਖਵਿੰਦਰ ਸਿੰਘ ਵਾਸੀ ਬੋਣ ਵਾਲਾ ਚਲਾ ਰਿਹਾ ਸੀ, ਉਸਦੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਉਹਨਾਂ ਦੱਸਿਆ ਕਿ ਮੌਕੇ 'ਤੇ 3 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਾਤ 'ਚ ਇਲਾਜ ਲਈ DMC ਲੁਧਿਆਣਾ ਵਿਖੇ ਲਿਜਾਂਦੇ ਉਸਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪੁਸ਼ਪ ਕੁਮਾਰ, ਵਿਕਾਸ ਕੁਮਾਰ, ਨਰਿੰਦਰ ਕੁਮਾਰ, ਪ੍ਰਕਾਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਟਿੱਪਰ ਨੂੰ ਮੌਕੇ 'ਤੇ ਬਰਾਮਦ ਕਰ ਲਿਆ ਜਦਕਿ ਟਿੱਪਰ ਚਾਲਕ ਮੌਕੇ 'ਤੇ ਫਰਾਰ ਹੋਣ 'ਚ ਕਾਮਯਾਬ ਰਿਹਾ। ਏਜੰਟ ਦਾ ਸਾਨੂੰ ਨਹੀਂ ਪਤਾ, ਸਾਨੂੰ ਤਾਂ ਫੋਨ ਆਇਆ ਵੀ ਬਾਈਪਾਸ 'ਤੇ ਪਏ ਆ। ਮੇਰੇ ਚਾਚੇ ਦਾ ਮੁੰਡਾ ਆਇਆ ਸੀਗਾ ਨਾਲ, ਮੇਰਾ ਚਾਚਾ, ਹਾਂਜੀ, ਇਹਨਾਂ ਨੇ ਆ ਕੇ ਦੱਸਿਆ ਵੀ ਤੇਰੇ ਮੁੰਡੇ ਦਾ ਐਕਸੀਡੈਂਟ ਹੋ ਗਿਆ, ਅਸੀਂ ਬਾਈਪਾਸ ਨੂੰ ਚਲੇ ਗਏ। ਉੱਥੇ ਜਾ ਕੇ ਦੇਖਿਆ ਤਾਂ ਲੰਮਾ ਪਿਆ, ਗੱਡੀ 'ਚ ਤਾਂ ਪਤਾ ਨਹੀਂ। ਹੁਣ ਕਹਿੰਦੇ ਆ ਵੀ 4 ਜਾਣੇ ਸੀਗੇ। ਅੱਛਾ ਜੀ। ਅਤੇ ਹੁਣ ਅਸੀਂ ਤਾਂ ਉੱਥੇ ਆ 2 ਦੇਖੇ, ਆਪਣਾ ਮੁੰਡਾ ਅਤੇ ਉੱਥੇ ਨਾਲ ਦੂਜਾ ਜਿਹੜਾ, ਅਤੇ ਜਿਹੜੇ 2 ਪਹਿਲਾਂ ਲਿਆਂਦੇ ਉਹ ਨਹੀਂ ਮੈਨੂੰ ਪਤਾ, ਉਹ ਨਹੀਂ ਮੈਂ ਦੇਖੇ। ਸਾਨੂੰ ਤਾਂ ਇਹਨਾਂ ਨੇ ਦੱਸਿਆ ਸੀ, ਅਸੀਂ 8:30 ਵਜੇ ਫੋਨ ਕੀਤਾ ਅਤੇ ਉਸ ਵੇਲੇ ਸਾਨੂੰ ਦੱਸਿਆ ਸੀ ਇਹਨਾਂ ਨੇ ਵੀ ਮੈਂ ਮਡਿਆਲਾ ਆ, ਇਸ ਚੀਜ਼ ਦਾ ਕੰਮ ਕਰਦਾ ਇਹ, ਠੀਕ, ਵੀ AC ਠੀਕ ਕਰਨ ਲੱਗਾ ਆ ਮੈਂ। ਅਤੇ ਆ ਮੈਂ ਹੁਣ ਫੋਨ ਲਾਉਂਦਾ ਸੀਗਾ ਅਤੇ ਫੋਨ ਨਹੀਂ ਲੱਗਾ, ਅਤੇ ਸਾਨੂੰ ਇੱਥੇ ਆ ਕੇ ਬਾਈਪਾਸ 'ਤੇ ਪਤਾ ਲੱਗਾ।